ਮਹਾਂਪੁਰਖ ਭਗਤ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਸੰਸਾਰ ਨੂੰ ਤਾਰਿਆ, ਕਿਉਂਕਿ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਉਹ ਪਹਿਲਾਂ ਹੀ ਮੁਕਤ ਨੇ ਪਰਮਾਤਮਾ ਦੀ ਦਰਗਾਹ ਵਿੱਚ, ਪਰ ਉਹ ਸੰਸਾਰ ਦੇ ਬੰਦਿਆਂ ਦੇ ਦੁੱਖ ਨਾ ਦੇਖ ਸਕਦੇ, ਇਸ ਕਰਕੇ ਪਰਮਾਤਮਾ ਨੂੰ ਅਰਦਾਸ ਕਰਕੇ ਕਹਿਣ ਲੱਗੇ, ਪਰਮਾਤਮਾ ਸਾਨੂੰ ਸੰਸਾਰ ਦੇ ਵਿੱਚ ਜਨਮ ਦੇ, ਅਸੀਂ ਜਾ ਕੇ ਨਾਮ ਦਾ ਹੋਕਾ ਦੇ ਸਕੀਏ। ਆ ਬੀਤੇ ਦਿਨੀ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ, ਜਿੱਥੇ ਅੱਜ ਬਾਬਾ ਵਰਿਆਮ ਸਿੰਘ ਦੀ ਯਾਦ ਵਿੱਚ ਜੁੜੇ ਆ, ਬੀਤੇ ਦਿਨੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਹੋਏ ਨੇ, ਤੇ ਕਹਿੰਦੇ ਨੇ ਉਹਨਾਂ ਨੇ 4,000, 5,000 ਗਊਆਂ ਪਿਆਰਿਓ, ਉਹਨਾਂ ਨੂੰ ਪਾਲਣਾ, ਉਹਨਾਂ ਦੀ ਸੇਵਾ ਕਰਨੀ, ਤੇ ਕਹਿੰਦੇ ਨੇ ਜਦੋਂ ਤੇ ਜੀਵਨ ਕਾਲ ਦੇ ਵਿੱਚ ਰਹੇ ਤੇ ਲੋਕਾਂ ਨੇ ਉਹਨਾਂ ਦੇ ਉੱਤੇ ਪਰਚੇ ਪਵਾ ਦਿੱਤੇ ਵੀ ਸਾਡੀਆਂ ਪੈਲੀਆਂ ਦੇ ਵਿੱਚ ਇਹ ਬਾਬਾ ਗਊਆਂ ਲੈ ਕੇ ਆ ਜਾਂਦਾ, ਤੇ ਉਹਨਾਂ ਨੇ ਕਹਿਣਾ ਉਹ ਕਮਲਿਓ ਇਹ ਗਊਆਂ ਤੇ ਤੁਹਾਡੇ ਦਰਗਾਹ ਦੇ ਲੇਖੇ ਜੋਖੇ ਸਾਫ਼ ਕਰਨ ਲਈ ਆਉਂਦੀਆਂ, ਤੁਹਾਡੀਆਂ ਫਸਲਾਂ ਸਾਫ਼ ਨਹੀਂ ਹੋ ਰਹੀਆਂ, ਤੁਹਾਡੇ ਕੀਤੇ ਹੋਏ ਮਾੜੇ ਕਰਮ ਸਾਫ਼ ਹੋ ਰਹੇ ਨੇ। ਤੇ ਵੇਖੋ ਅੱਜ ਉਹਨਾਂ ਦੀ ਯਾਦ, ਅੱਜ ਉਹ ਚਲੇ ਗਏ ਸਰੀਰ ਕਰਕੇ, ਤੇ ਅੱਜ ਉੱਥੇ ਸੰਗਤਾਂ ਦਾ ਇਕੱਠ ਹੈ। ਇੱਕ ਫਕੀਰ ਜਿਹਦੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ, ਜਿਹਦੇ ਕੋਲ ਸੰਸਾਰ ਦਾ ਧਨ ਨਹੀਂ, ਪਰ ਦੁਨੀਆਂ ਦੇ ਬਾਦਸ਼ਾਹ ਅੱਜ ਉਹਦੇ ਕੋਲ ਆ ਕੇ ਘੁੱਟਣੇ ਟੇਕ ਰਹੇ ਨੇ। ਭਾਈ ਨੰਦ ਲਾਲ ਸਾਹਿਬ ਕਹਿੰਦੇ ਦਰ ਲਿਬਾਸੇ ਅੰਦਰ ਗਦਾ ਉਹ ਬਾਦਸ਼ਾਹ, ਕਹਿੰਦੇ ਉਹ ਫਕੀਰ ਜਿਹਨੇ ਮਾਮੂਲੀ ਜੀ ਕੁੜਤੀ ਪਾਈ ਹੈ, ਅੱਜ ਉਹਦੇ ਸਾਹਮਣੇ ਬਾਦਸ਼ਾਹ ਆ ਕੇ ਘੁੱਟਣੇ ਟੇਕ ਰਹੇ ਨੇ। ਕਿਉਂ? ਕਿਉਂਕਿ ਉਸ ਮਹਾਂਪੁਰਖ ਦੇ ਕੋਲ ਖੁਦਾ ਦੀ ਯਾਦ ਹੈ, ਉਸ ਮਹਾਂਪੁਰਖ ਦੇ ਕੋਲ ਪਰਮਾਤਮਾ ਦੀ ਯਾਦ ਹੈ, ਉਸ ਮਹਾਂਪੁਰਖ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ਿਆ ਹੋਇਆ ਨਾਮ ਦਾ ਬੀਜ ਹੈ, ਨਾਮ ਦਾ ਹੋਕਾ ਹੈ।